ਕਿਵੇਂ ਖਤਮ ਹੋ ਜਾਣਾ? ਅੱਛਾ ਜੀਓ ਤੇ ਬਹੁਤ ਲੋਕਾਂ ਨੂੰ ਹੁਣ ਮਤਲਬ ਉਹਤੇ ਤੇ ਨਿਰਭਰ ਨੇ, ਹਰੇਕ 2 GB ਡਾਟਾ ਲਈ ਫਿਰਦਾ ਰੋਜ਼ ਦਾ, ਹੈ ਨਾ। 2 GB ਉਹਨਾਂ ਦਾ 399 ਦਾ ਪਲਾਨ ਹੈ, 3 ਮਹੀਨੇ ਦਾ ਉਹ ਲਈ ਫਿਰਦਾ, ਹਰੇਕ ਨੈੱਟ ਚਲਾਈ ਜਾਂਦਾ। ਹੁਣ ਆਪਾਂ ਸਾਰੇ ਕਹਿੰਦੇ ਵੀ ਜੀਓ ਦਾ ਬਾਈਕਾਟ ਕਰ ਦਿਓ, ਕਿਵੇਂ ਹੋਊਗਾ? ਕਰੋ, ਆ ਦੇ ਆਹ ਏਅਰਟੈਲ ਕਰਤਾ, ਜੀ ਦਿਸਦਾ ਤਾਂ ਕੈਮਰੇ 'ਚ, ਏਅਰਟੈਲ ਕਰਤਾ, ਕਰੋ ਯਾਰ। ਇੱਕ ਕਰਤਾ, ਹਾਂ ਕਰਤੇ, ਸਾਰੇ ਕਰੀ ਜਾਂਦੇ ਆ, ਕਰੋ ਯਾਰ। ਬਿਜ਼ਨਸਮੈਨ ਉਹ ਡਾਂਗ ਨਾਲ ਨਹੀਂ ਮਾਰਿਆ ਜਾਂਦਾ, ਬਿਜ਼ਨਸਮੈਨ ਚੀਕ ਉਦੋਂ ਮਾਰੂ ਜਦੋਂ ਉਹਨੂੰ ਘਾਟਾ ਪੈਣ ਲੱਗਿਆ। ਟੂਲ ਪਲਾਜ਼ੇ ਰੋਕਤੇ, ਰਿਲਾਇੰਸ ਦੇ ਪੰਪ ਬੰਦ ਕਰਤੇ, ਰਿਲਾਇੰਸ ਦਾ ਸਾਰਾ ਸਿਸਟਮ ਬੰਦ ਕਰਤਾ, ਜਿਹੜੀ ਮਰਜ਼ੀ ਬਿਜ਼ਨਸਮੈਨ ਆ ਜਦੋਂ ਤੱਕ ਪਹੁੰਚੂ ਪੂਰੀ ਚੀਕ ਪਊ ਪਊ ਬਾਈ ਯਾਰ। ਸਾਰਿਆਂ ਨਾਲੋਂ ਹੁਣ ਮੈਂ ਇੱਥੋਂ ਕਾਹਨੂੰ ਸੱਚਿਆਂ ਕਰਾਂ, ਸਾਰਿਆਂ ਨਾਲੋਂ ਬੇਰੁਜ਼ਗਾਰ ਤਾਂ ਪੰਜਾਬ ਹੀ ਆ। ਜਦੋਂ ਬੇਰੁਜ਼ਗਾਰ ਪੰਜਾਬ ਆ ਤਾਂ ਵੱਧ ਜੀਓ ਵੀ ਚਲਾਉਂਦਾ ਗਾ, ਅਤੇ ਇਹਨਾਂ ਦੀ ਚੀਕ ਪਏਗੀ। ਖਰੀਦ ਏਜੰਸੀ ਵਾਲਿਆਂ ਨੂੰ ਫੜ ਕੇ ਬਿਠਾ ਲੈਂਦੇ ਵੀ ਖਰੀਦ ਸਾਡੀ ਸਾਰੀ ਖਰੀਦੋ, ਦਬਾਅ ਵੀ ਪਾ ਲੈਂਦੇ, ਉਦੋਂ ਤਾਂ ਫਿਰ ਅੰਡਾਨੀ ਅੰਬਾਨੀ ਨੂੰ ਕਿਵੇਂ ਕਹੋਗੇ ਵੀ ਨਹੀਂ ਨਹੀਂ ਖਰੀਦ? ਹਾਂ ਬਾਈ, ਗੱਲ ਤੇਰੀ ਥੱਕੀ ਆ, ਤੂੰ ਵੀ ਪੰਜਾਬ ਲਈ ਸੋਚ ਰਿਹਾ ਵਧੀਆ, ਜਿਹੜੇ ਆ ਸਵਾਲ ਕਰ ਰਿਹਾ, ਨਹੀਂ ਹਰੇਕ ਪੱਤਰਕਾਰ ਨੇ ਕਹਿੰਦਾ ਤੈਨੂੰ ਵੀ ਨੌਲੇਜ ਆ ਕਿਸਾਨੀ ਦੀ ਵੀ ਇਹ ਕੁਛ ਹੋਊਗਾ। ਮੇਰੇ ਦਾਦੇ ਪੜਦਾਦੇ ਹੁੰਦੇ ਸੀ, ਉਹ ਰੂੜੀ ਦਾ ਰੇਹ ਪਾ ਕੇ ਉਗਾਉਂਦੇ ਹੁੰਦੇ ਸੀ ਫਸਲ, ਇਹ ਆਏ ਇਹਨਾਂ ਨੇ ਧੱਕੇ ਨਾਲ, ਜਿਵੇਂ ਆਪਣੇ ਹੁਣ ਆਰ ਓ ਦਾ ਪਾਣੀ ਥੋਪਤਾ ਨਾ ਲਿਆ ਕੇ ਵੀ ਤੁਸੀਂ ਇਹ ਪੀਓ, ਧੱਕੇ ਨਾਲ 20 ਰੁਪਏ ਲੀਟਰ ਨੂੰ ਪਾਣੀ ਪੀ ਜਾਂਦੇ ਆਪਾਂ ਬੋਤਲ ਵਾਲਾ। ਹਾਂ ਧੱਕੇ ਨਾਲ ਹੀ ਥੋਪਿਆ ਪਿਆ ਨਾ, ਉਹ ਐਂ ਇਹਨਾਂ ਨੇ ਥੋਪਿਆ। ਇਹ ਕਹਿੰਦੇ ਯਾਰ ਰੂੜੀ ਦਾ ਰੇਹ ਨਾ ਪਾਓ, ਤੁਸੀਂ ਆਹ ਸੁੱਟ ਕੇ ਦੇਖੋ, ਯੂਰੀਆ ਤੀਜੇ ਦਿਨ ਤੁਹਾਡੀ ਕਣਕ ਕਾਲੀ ਹੋ ਜੂਗੀ, ਵੱਡੀ ਹੋ ਜੂਗੀ। ਇਹਨਾਂ ਨੇ ਧੱਕੇ ਨਾਲ ਸਾਡੇ ਇਹ ਥੋਪਿਆ ਗਾ, ਅਤੇ ਹੁਣ ਸਾਡੇ ਨਾਲ ਇੰਨੀ ਭੈੜੀ ਹੋ ਰਹੀ ਆ। ਅਤੇ ਸਾਡੇ ਨਾਲ ਅਸੀਂ ਲਗਾਤਾਰ ਕਿਉਂਕਿ ਇੱਥੇ ਪਹੁੰਚੇ ਹੋਏ ਹਾਂ, ਅਤੇ ਗੱਲਬਾਤ ਜਿਹੜੀ ਲਾਈਵ ਚੱਲ ਰਹੀ ਹੈ ਜਗਦੀਪ ਰੰਧਾਵਾ ਹੋਰੀ, ਇਹ ਵੀ ਪਿਛਲੇ ਲੰਬੇ ਸਮੇਂ ਤੋਂ ਅਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੰਘਰਸ਼ ਦੀ ਰਾਹ 'ਤੇ ਨੇ, ਅਤੇ ਅੱਜ ਜਗਦੀਪ ਰੰਧਾਵਾ ਜਿਹੜਾ ਸੰਘਰਸ਼ ਹੈ ਉਹਨੂੰ ਹੋਰ ਬਲ ਮਿਲੂਗਾ ਜਿਵੇਂ ਯੂਨੀਅਨਾਂ ਦੇ ਨਾਲ ਇਕੱਠੇ ਹੋ ਗਏ ਹੁਣ, ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਨਵਾਂ ਸੰਘਰਸ਼ ਲਿਖੋਗੇ? ਹਾਂ ਬਈ, ਬਲ ਜ਼ਰੂਰ ਹੀ ਮਿਲੂਗਾ, ਜਦੋਂ ਨੌਜਵਾਨ ਇਕੱਠਾ ਹੋ ਕੇ ਯੂਨੀਅਨ ਨਾਲ ਤੁਰ ਗਿਆ ਤਾਂ ਪਾਸਾ ਬਲਟਾਂਗੀ। ਕਿਵੇਂ ਪਹਿਲਾਂ ਤਾਂ ਬਜ਼ੁਰਗ ਬਜ਼ੁਰਗ ਹੁੰਦੇ ਸੀਗੇ ਯੂਨੀਅਨਾਂ ਦੇ ਵਿੱਚ ਜਿਹੜੇ, ਅਤੇ ਤੁਹਾਡਾ ਅੱਡ ਚੱਲਦਾ ਸੀਗਾ, ਹੁਣ ਜਦੋਂ ਇਕੱਠੇ ਹੋ ਜਾਓਗੇ ਫਿਰ ਕੀ ਹੋ? ਨਹੀਂ, ਅੱਡ ਸਾਡਾ ਪਹਿਲਾਂ ਵੀ ਨਹੀਂ ਸੀ, ਪਹਿਲਾਂ ਵੀ ਉਹਨਾਂ ਦੇ ਝੰਡੇ ਥੱਲੇ ਚੱਲਦੇ ਸੀ, ਹੋਸ ਨਾ ਜੋਸ ਆ, ਜਦੋਂ ਨਾਲ ਚੱਲ ਪਏ ਬਜ਼ੁਰਗ ਅਤੇ ਨਾਲ ਹੀ ਅਸੀਂ ਚੱਲਾਂਗੇ, ਕੋਈ ਗੱਲ ਨਹੀਂ, ਨੌਜਵਾਨ ਪਹਿਲੀ ਸੜਕਾਂ 'ਤੇ ਆ। ਠੀਕ ਹੈ, ਜਿਹੜੀ ਹੁਣ ਕਮੇਟੀਆਂ ਬਣਨੀਆਂ ਨੇ ਇਹਦੇ ਵਿੱਚ ਕਿਵੇਂ ਡਿਸਾਈਡ ਕਰੋਗੇ ਕਿ ਕਿਹੜੇ ਕਲਾਕਾਰਾਂ ਨੂੰ ਲੈਣਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹਰਭਜਨ ਮਾਨ ਤੋਂ ਲੈ ਕੇ ਬਾਬਾ ਤੋਂ ਲੈ ਕੇ ਬਥੇਰੇ ਪ੍ਰੋਟੈਸਟ ਕਰਦੇ ਰਹੇ ਨੇ, ਹੈ ਨਾ, ਅਤੇ ਤੁਸੀਂ ਵੀ ਜਿਹੜੇ ਜਗਦੀ ਆਪਣਾ, ਤੁਸੀਂ ਰੰਧਾਵਾ ਹੋ ਗਏ, ਦੀਪ ਸਿੱਧੂ ਹੋ ਗਿਆ, ਲੱਖਾ ਸਿਧਾਣਾ ਹੋ ਗਏ, ਹੋਰ ਸਾਰੇ ਹੋ ਗਏ, ਅਤੇ ਹੁਣ ਉਹ ਕਿਵੇਂ ਚੂਜ਼ ਹੋਊਗਾ? ਉਹ ਬਈ ਚੱਲੀ ਜਾਂਦਾ ਗਾ, ਹੁਣ ਇਹ ਆਪਸ ਵਿੱਚ ਮੀਟਿੰਗ ਕਰ ਰਹੇ ਆ, ਉਹ ਦੱਸਣਗੇ ਵੀ ਕਿਹਨੂੰ ਲੈਣਾ ਵਿੱਚ ਕੀ ਕਰਨਾ। ਪਹਿਲੀ ਗੱਲ ਇਹਦੇ 'ਚ ਬਾਈ ਕੀ ਕਮੇਟੀ ਹੈ, ਕਿਸਾਨਾਂ ਦਾ ਮੁੱਦਾ ਯਾਰ, ਸਾਰੇ ਕਲਾਕਾਰ ਆਉਣ, ਸਾਰੇ ਕਬੱਡੀ ਵਾਲੇ ਆਉਣ, ਸਾਰੇ ਬਾਬੇ ਆਉਣ ਯਾਰ, ਅੱਜ ਆਪਾਂ ਪੰਜਾਬ ਆਪਣਾ ਇਹੋ ਜਿਹੇ ਰਾਹ 'ਤੇ ਖੜ ਗਿਆ ਵੀ ਆਪਾਂ ਇਦੋਂ ਬਾਅਦ ਖਤਮ ਆ। ਜੇ ਮੰਨ ਲਓ ਕਿਸਾਨ ਖਤਮ ਹੋ ਗਏ, ਤੁਹਾਨੂੰ ਪਤਾ ਹੀ ਆ, ਜੇ ਮੰਨ ਲਓ ਕਿਸਾਨ ਜਿਉਂਦੇ ਸੀ ਤਾਂ ਕਬੱਡੀ ਟੂਰਨਾਮੈਂਟ ਹੁੰਦੇ ਸੀਗੇ, ਤੁਹਾਨੂੰ ਪਤਾ ਹੀ, ਜੇ ਕਿਸਾਨਾਂ ਦੇ ਘਰ ਰੋਟੀ ਪੱਕਦੀ ਸੀ, ਕੋਈ ਕਬੱਡੀ ਵਾਲੇ ਨੂੰ ਟਰੈਕਟਰ ਦੇ ਦਿੰਦਾ ਸੀ, ਕੋਈ ਬੁਲਟ ਦੇ ਦਿੰਦਾ ਸੀ, ਜੇ ਮੰਨ ਲਓ ਕਿਸੇ 3 ਟਰਾਲੀਆਂ ਵੱਧ ਹੁੰਦੀਆਂ, ਅਗਲਾ ਕਹਿੰਦਾ ਯਾਰ ਐਂ ਕਰੋ, ਹੁਣ ਰਣਜੀਤ ਬਾਬਾ ਲਵਾ ਲਓ, ਹੁਣ ਬੱਬੂ ਮਾਨ ਲਵਾ ਲਓ, ਜਾਂ ਅਗਲਾ ਕਹਿੰਦਾ ਯਾਰ ਅੱਜ ਸਾਡੇ ਮੁੰਡਾ ਹੋਇਆ, ਖੁਸ਼ੀ ਹੋਈ, ਆਪਾਂ ਖਾੜਾ ਲਵਾ ਲਓ। ਠੀਕ ਹੈ, ਕਿਸਾਨਾਂ ਸਿਰ 'ਤੇ ਖੜਾ, ਸਾਰਾ ਸਿਸਟਮ ਹੀ ਕਿਸਾਨਾਂ ਸਿਰ 'ਤੇ, ਪੰਜਾਬ ਦਾ ਖਾਸ ਕਰਕੇ। ਅਤੇ ਇਦੋਂ ਬਾਅਦ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ, ਜੇ ਨਾ ਇਹ ਬਿੱਲ ਪਾਸ ਹੋਇਆ ਤਾਂ ਆਪਾਂ ਗੱਡੀਆਂ ਵਾਲੇ ਬਣ ਜਾਵਾਂਗੇ, ਆਪਣੀ ਜ਼ਮੀਨ ਇਹਨਾਂ ਨੇ ਖੋਲਣੀ ਆ, ਅਤੇ ਆਪਾਂ ਨੂੰ ਜੌਬਾਂ ਕਰਨਾ ਹੀ ਨਹੀਂ ਪਤਾ, ਦਿੱਲੀ ਜਾਣਾ ਪਵੇ, ਹਿਮਾਚਲ ਜਾਣਾ ਪਵੇ, ਸਣੇ ਆਪਣੀ ਬੋਲੀ ਵੀ ਖਤਮ ਹੋ ਜਾਣਾ, ਸਾਰਾ ਸਿਸਟਮ ਹੀ ਖਤਮ ਹੋ ਜਾਣਾ। ਅੱਛਾ, ਜੀਓ ਤੇ ਬਹੁਤ ਲੋਕਾਂ ਨੂੰ ਹੁਣ ਮਤਲਬ ਉਹਦੇ ਤੇ ਨਿਰਭਰ ਨੇ, ਹਰੇਕ 2 GB ਡਾਟਾ ਲਈ ਫਿਰਦਾ ਰੋਜ਼ ਦਾ, ਹੈ ਨਾ, 2 GB ਉਹਨਾਂ ਦਾ 399 ਦਾ ਪਲਾਨ ਹੈ, 3 ਮਹੀਨੇ ਦਾ ਉਹ ਲਈ ਫਿਰਦਾ, ਹਰੇਕ ਨੈੱਟ ਚਲਾਈ ਜਾਂਦਾ। ਹੁਣ ਆਪਾਂ ਸਾਰੇ ਕਹਿੰਦੇ ਵੀ ਜੀਓ ਦਾ ਬਾਈਕਾਟ ਕਰ ਦਿਓ, ਕਿਵੇਂ ਹੋਊਗਾ? ਕਰੋ, ਆ ਦੇ ਆਹ ਏਅਰਟੈਲ ਕਰਤਾ, ਜੀ ਦਿਸਦਾ ਤਾਂ ਕੈਮਰੇ 'ਚ, ਏਅਰਟੈਲ ਕਰਤਾ, ਕਰੋ ਯਾਰ। ਇੱਕ ਕਰਤਾ, ਹਾਂ ਕਰਤੇ, ਸਾਰੇ ਕਰੀ ਜਾਂਦੇ ਆ, ਕਰੋ ਯਾਰ। ਪਤਾ ਕੀ ਗੱਲ ਆ, ਜਿਹੜਾ ਬਿਜ਼ਨਸਮੈਨ ਆ ਉਹ ਡਾਂਗ ਨਾਲ ਨਹੀਂ ਮਾਰਿਆ ਜਾਂਦਾ, ਬਿਜ਼ਨਸਮੈਨ ਚੀਕ ਉਦੋਂ ਮਾਰੂ ਜਦੋਂ ਉਹਨੂੰ ਘਾਟਾ ਪੈਣ ਲੱਗਿਆ। ਟੂਲ ਪਲਾਜ਼ੇ ਰੋਕਤੇ, ਰਿਲਾਇੰਸ ਦੇ ਪੰਪ ਬੰਦ ਕਰਤੇ, ਰਿਲਾਇੰਸ ਦਾ ਸਾਰਾ ਸਿਸਟਮ ਬੰਦ ਕਰਤਾ, ਜਿਹੜੀ ਮਰਜ਼ੀ ਬਿਜ਼ਨਸਮੈਨ ਆ ਜਦੋਂ ਤੱਕ ਪਹੁੰਚੂ ਪੂਰੀ ਚੀਕ ਪਊ ਪਊ ਬਾਈ ਯਾਰ। ਸਾਰਿਆਂ ਨਾਲੋਂ ਹੁਣ ਮੈਂ ਇੱਥੋਂ ਕਾਹਨੂੰ ਸੱਚਿਆਂ ਕਰਾਂ, ਸਾਰਿਆਂ ਨਾਲੋਂ ਬੇਰੁਜ਼ਗਾਰ ਤਾਂ ਪੰਜਾਬ ਹੀ ਆ, ਜਦੋਂ ਬੇਰੁਜ਼ਗਾਰ ਪੰਜਾਬ ਆ ਤਾਂ ਵੱਧ ਜੀਓ ਵੀ ਚਲਾਉਂਦਾ ਗਾ, ਅਤੇ ਇਹਨਾਂ ਦੀ ਚੀਕ ਪਏਗੀ। ਹਜੇ ਹੋਰ ਬਿਹਾਰ ਦਾ ਕੋਈ ਨਾ ਪਵਾਵੇ ਨੈੱਟ ਪਏਗਾ, ਅਸੀਂ ਤਾਂ ਜੇ ਮੇਰਾ ਹੁਣ ਨੈੱਟ ਪੈ ਖਤਮ ਹੋ ਗਿਆ, ਮੈਂ 50 ਦੁਕਾਨਾਂ ਵਾਲਿਆਂ ਨੂੰ ਫੋਨ ਕਗਾ ਦੂੰਗਾ ਵੀ ਯਾਰ ਛੇਤੀ ਛੇਤੀ ਕਰ ਭਾਈ ਯਾਰ, ਮੈਂ ਤਾਂ ਚਰਮੀਰ ਦਾ ਫੇਸਬੁੱਕ ਰਹੇਗੀ, ਮੈਂ ਤਾਂ ਉਹਦੀ ਵੀਡੀਓ ਨਹੀਂ ਦੇਖੀ, ਮੈਂ ਤਾਂ ਉਹਦਾ ਗਾਣਾ ਨਹੀਂ ਦੇਖਿਆ। ਹਾਂ ਬਈ, ਇਹ ਤਾਂ ਪੰਜਾਬ ਸਿਰ 'ਤੇ ਹੈ ਸਿਸਟਮ। ਹੁਣ ਕਹਿਣਾ ਕੀ ਚਾਹੁੰਦੇ ਹੋ, ਕਿਉਂਕਿ ਯੂਥ ਫੋਲੋ ਵੀ ਕਰਦਾ, ਤੁਹਾਡੀ ਗੱਲ ਮੰਨਦਾ ਵੀ ਹੈ, ਗਰਦ ਤੁਸੀਂ ਬਹੁਤ ਠਾਲਦੇ ਹੋ, ਹੁਣ ਸਿਮ ਕਿਵੇਂ ਕਰਾਉਣ ਪੋਰਟ ਫਿਰ, ਉਹ ਕੀ ਕਹਿਣ? ਸਿਮ ਤਾਂ ਬਈ ਦੁਕਾਨ ਵਾਲੇ ਆਪ ਪੋਸਟਾਂ ਪਾਈ ਜਾਂਦੇ ਆ ਵੀ ਸਾਨੂੰ ਨੰਬਰ ਦਿਓ, ਅਸੀਂ ਪੋਰਟ ਕਰਾਉਂਦੇ ਹਾਂ, ਇਹ ਜੇ ਕਰਾ ਲੈਣਗੇ ਤਾਂ ਵਧੀਆ, ਅਤੇ ਨਹੀਂ ਤਾਂ ਫਿਰ ਅਗਲੇ ਚੀਕ ਕਢਾਉਣ ਨੂੰ ਤਿਆਰੀ ਆ। ਵਾਨੀ ਅਡਾਨੀ ਦੀਆਂ ਤਿਆਰੀਆਂ ਇੱਥੇ, ਨਾ ਕੋਈ ਮੋਟਰ 'ਤੇ ਹੋਣੀ ਆ, ਨਾ ਕੋਈ ਬੱਟ 'ਤੇ ਹੋਣੀ ਆ, 10-10 ਹਜ਼ਾਰ ਕਿੱਲੇ ਦੇ ਅਗਲੇ ਦੇ ਫਾਰਮ ਬਣ ਜਾਣਗੇ, ਜਹਾਜ਼ਾਂ ਨਾਲ ਸਪਰੇਅ ਛਿੜਕਿਆ ਕਰਨਗੇ, ਟਿਪਣ ਚੱਕਣੇ ਪੈ ਜਾਣਗੇ, ਡੱਬਾ
ਦਾ ਵਾਪਸ ਕਰਾਇਆ ਸਾਰੇ ਬੰਦੇ ਜਿਹੜੇ ਇੱਕ ਕਰਦੇ ਉਹ ਆਪਦਾ ਕਾਨੂੰਨ ਵਾਪਸ ਕਰਾਈ ਜਾਂਦੇ ਹੁੰਦੇ ਆ ਕਾਲੇ ਬਿੱਲ ਵਾਪਸ ਹੋ ਹੀ ਜਾਂਦੇ ਆ ਜੇ ਲੋਕਾਂ ਦੇ ਇੱਕਾ ਹੋਵੇ ਉਹਨਾਂ ਦੀ ਚੀਕ ਪਊ ਪਊ ਉਹ ਕਿੱਧਰ ਭੱਜਣਗੇ ਜਦੋਂ ਲੋਕ ਇੰਨੇ ਇਕੱਠੇ ਹੋ ਗਏ ਏਕਾ ਹੋ ਗਿਆ 10 ਲੱਖ ਬੰਦਾ ਹਰਿਆਣੇ ਦਾ ਹੋ ਗਿਆ 10 ਪੰਜਾਬ ਦਾ ਹੋ ਗਿਆ 20 ਲੱਖ ਬੰਦਾ ਤੁਰ ਪਿਆ ਉੱਧਰ ਨੂੰ ਟਰੈਕਟਰ ਲੈ ਕੇ ਤੇ ਚੀਕ ਪਊ ਪਊ ਅੱਛਾ ਹੁਣ ਹਾਲੇ ਵੀ ਕੋਈ ਕੌਡੀ ਵਾਲਾ ਹੈ ਜਿਵੇਂ ਤੁਸੀਂ ਦੱਸਿਆ ਕੋਈ ਰਾਗੀ ਜਥੇ ਨੇ ਕੋਈ ਬਾਬੇ ਨੇ ਕੋਈ ਨਿਹੰਗ ਜਥੇਬੰਦੀਆਂ ਨੇ ਹਾਲੇ ਇਹ ਨਹੀਂ ਆਈਆਂ ਹੈਗੀਆਂ ਨਹੀਂ 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 ਮੈਦਾਨ 'ਚ ਆ ਹੁਣ ਤੁਸੀਂ ਇਹ ਗੱਲ ਨਾ ਕਹੋ ਤੁਸੀਂ ਆਪ ਪੱਤਰਕਾਰਾਂ ਸਾਰੇ ਕਿਤੇ ਜਾਂਦੇ ਹੋ ਆਉਂਦੇ ਆ ਸਭ ਮੈਦਾਨ 'ਚ ਆ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਆਪਣੇ ਹੋਣ ਦਾ ਸਮਾਲ ਆ ਪੰਜਾਬ 'ਚ ਸ਼ੁਰੂ ਤੋਂ ਜਦੋਂ ਪੰਜਾਬ 'ਚ ਜਦੋਂ ਸੌਣ ਆਉਂਦਾ ਸੀ ਵੀ ਖੀਰ ਪੂੜੇ ਪਕਾ ਲਓ ਕਿੰਨਾ ਵਧੀਆ ਕਲਚਰ ਸੱਭਿਆਚਾਰ ਸੀ ਕਿਹੜਾ ਬੰਦਾ ਚਾਹੁੰਦਾ ਵੀ ਸਾਡਾ ਉਹ ਉੱਜੜ ਜੇ ਉਹ ਨਾਲ ਦੀ ਨਾਲ ਹੀ ਉੱਜੜ ਜੂ ਪਿੰਡਾਂ ਦੇ ਫਲੈਟ ਬਣਾ ਦੇਣੇ ਇਹਨਾਂ ਨੇ ਮਿੰਟ ਲਾਉਣਾ ਗਾ ਆਪਣਾ ਆਪਣੇ ਪੱਲੇ ਕੁਛ ਰਹਿਣਾ ਹੀ ਨਹੀਂ ਅੱਜ ਆਪਣੀ ਹੋਣ ਦੀ ਲੜਾਈ ਆ ਲੜੋ ਯਾਰ ਆਪਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਪਰਚੇ ਪੈਂਦੇ ਜੇਲ੍ਹਾਂ ਜਾਓ ਯਾਰ ਜ਼ਮੀਨ ਬਣਾ ਜੱਟ ਕਿਸਾਨ ਦਾ ਹੈ ਕੀ ਆ ਜਦੋਂ ਜ਼ਮੀਨ ਗਈ ਤਾਂ ਸਾਰਾ ਸਿਸਟਮ ਹੀ ਖਤਮ ਆ ਜਦੋਂ ਸਾਡਾ 1600 ਨੂੰ 1700 ਨੂੰ ਕਣਕ ਝੋਨਾ ਵਿਕਦਾ ਗਾ ਅਸੀਂ ਉਦੋਂ ਖੁਦ ਕਸੀਆਂ ਕਰੀ ਜਾਂਦੇ ਹਾਂ ਜਦੋਂ ਉਹਨਾਂ ਨੇ ਕਹਿਦਾ ਕਰਨਾ ਇਹ ਤਾਂ ਕਾਲਾ ਦਾਣਾ ਗਾ ਅਸੀਂ ਨਹੀਂ ਲੈਂਦੇ ਤਾਂ ਰੇਹ ਸਪਰੇ ਵਾਲੀ ਆ ਸਾਨੂੂੰ ਤਾਂ ਆਸਟ੍ਰੇਲੀਆ ਸਸਤਾ ਦਿੰਦਾ ਗਾ ਯੂਰਪ ਸਾਨੂੰ ਕਣਕ ਸਸਤੀ ਦਿੰਦਾ ਤਾਂ ਆਪਣਾ 300 ਨੂੰ ਵਿਕਿਆ ਤਾਂ ਉਹ ਤਾਂ ਅਸੀਂ ਖਤਮ ਹੀ ਆ ਤਾਂ ਖਰੀਦ ਏਜੰਸੀ ਵਾਲਿਆਂ ਨੂੰ ਫੜ ਕੇ ਬਿਠਾ ਲੈਂਦੇ ਵੀ ਖਰੀਦ ਸਾਡੀ ਸਾਰੀ ਖਰੀਦੋ ਦਬਾਅ ਵੀ ਪਾ ਲੈਂਦੇ ਉਦੋਂ ਤਾਂ ਫਿਰ ਅੰਡਾਨੀ ਅੰਬਾਨੀ ਨੂੰ ਕਿਵੇਂ ਕਹੋਗੇ ਵੀ ਨਹੀਂ ਨਹੀਂ ਖਰੀਦ ਕਰੀ ਹਾਂ ਬਾਈ ਗੱਲ ਤੇਰੀ ਥੱਕੀ ਆ ਤੂੰ ਵੀ ਪੰਜਾਬ ਲਈ ਸੋਚ ਰਿਹਾ ਵਧੀਆ ਜਿਹੜੇ ਆ ਸਵਾਲ ਕਰ ਰਿਹਾ ਨਹੀਂ ਹਰੇਕ ਪੱਤਰਕਾਰ ਨੇ ਕਹਿੰਦਾ ਤੈਨੂੰ ਵੀ ਨੌਲੇਜ ਆ ਕਿਸਾਨੀ ਦੀ ਵੀ ਇਹ ਕੁਛ ਹੋਊਗਾ ਇਹ ਗੱਲ ਕਲੀਅਰ ਆ ਹੁਣ ਤਾਂ ਮੇਰੇ ਵਰਗਾ 2 ਘੰਟੇ ਪਹਿਲਾਂ ਮੰਨ ਲਓ ਵੀ ਸੌਰੀ 2 ਦਿਨ ਪਹਿਲਾਂ ਹਰਾ ਝੋਨਾ ਵੱਢ ਲੈਂਦਾ ਸੀਗਾ ਹਰਾ ਝੋਨਾ ਵੱਢ ਕੇ ਜਦੋਂ ਕਹਿੰਦਾ ਸੀ ਯਾਰ ਧੱਕੇ ਨਾਲ ਤੈਨੂੰ ਉਹ ਬਾਈ ਕਿਵੇਂ ਮਰਜ਼ੀ ਕਰੇ ਦੀ ਬੋਲੀ ਨਵੀਂ ਵਾਧਾ ਕੋਈ ਨਹੀਂ ਕਰਲਾ ਕਰ ਉਹ ਯਾਰ ਬੋਲੀ ਲਵਾ ਉਹਨੂੰ ਟਪਾ ਦੇ ਆ ਇਹ ਗੱਲ ਨਹੀਂ ਚੱਲਣੀ ਅਗਲੇ ਨੇ ਸੁੱਕਾ ਲੈਣਾ ਅਗਲੇ ਨੇ ਦੇਖਣਾ ਵੀ ਇਹਦੇ ਚ ਰੇਹ ਕਿੰਨਾ ਅਗਲੇ ਨੇ ਦੇਖਣਾ ਵੀ ਇਹ ਚ ਸਪਰੇਅ ਕਿਵੇਂ ਆ ਅੱਛਾ ਪਿਛਲੇ ਸਮੇਂ ਦੇ ਵਿੱਚ ਹੋਇਆ ਕਿ ਪੰਜਾਬ ਦੇ ਵਿੱਚ ਕਹਿੰਦੇ ਪੈਪਸੀ ਆਈ ਤੁਸੀਂ ਵੀ ਸੁਣੀ ਹੋਣੀ ਗੱਲਬਾਤ ਉਹਨਾਂ ਨੇ ਕਿਹਾ ਵੀ ਤੁਹਾਡਾ ਟਮਾਟਰ ਆ ਜਿਹੜਾ ਇਹ ਖੱਟਾ ਏ ਇਹ ਤੋਂ ਸੌਸ ਨਹੀਂ ਬਣਨੀ ਤੁਹਾਡਾ ਆਲੂ ਆ ਜਿਹੜਾ ਇਹ ਤੋਂ ਜਿਹੜੀ ਚਿਪਸ ਨਹੀਂ ਬਣਦੀ ਲੇਜ਼ ਨਹੀਂ ਬਣਦੀ ਜਾਂ ਤੁਹਾਡੇ ਆਲੂ ਮਿੱਠਾ ਏ ਤੇ ਮੈਕਡੋਨਲਡ ਥੋਤੋਂ ਨਹੀਂ ਲੰਦਾ ਹੈਗਾ ਹਾਲੇ ਵੀ ਤੇ ਫਿਰ ਤਾਂ ਬਿਲਕੁਲ ਹੀ ਨਹੀਂ ਲੈਣੀਆਂ ਇਹਨਾਂ ਨੇ ਕਿੱਥੇ ਲੈਣੀਆਂ ਆਪਣੀਆਂ ਚੀਜ਼ਾਂ ਜਿਹੜੀਆਂ ਆਪਾਂ ਗਾਉਨੇ ਆ ਇਹਨਾਂ ਨੇ ਤਾਂ ਜਲੂਸ ਕੱਢਦੇ ਨਾ ਇਹ ਤਾਂ ਆਪਣੇ ਹੁਣ ਕਹੀ ਜਾਂਦੇ ਆਸਟ੍ਰੇਲੀਆ ਕਹੀ ਜਾਂਦੀ ਹੈ ਯੂਰਪ ਕਹੀ ਜਾਂਦਾ ਵੀ 700,000 ਦੁੱਧ ਲਓ ਤੁਸੀਂ ਸਾਡੇ 2-2 ਹਜ਼ਾਰ ਗਾਂ ਰੱਖੇ ਮੈਂ ਫਾਰਮ 'ਚ ਸਾਥੋਂ ਕਣਕ ਰਹੋ ਇਹਨਾਂ ਦੀ ਕਣਕ ਕੀ ਕਰਾਉਣੀ ਆ ਤੁਸੀਂ ਇਹ ਤਾਂ ਪੰਜਾਬ ਵਾਲੇ ਦਾ ਰੇਹ ਸਪਰੇ ਸਿੱਟਦੇ ਆ ਅਸਲ ਨਾਲ ਸਿੱਟਣ ਵੀ ਇਹਨਾਂ ਨੇ ਲਾਇਆ ਮੇਰੇ ਦਾਦੇ ਪੜਦਾਦੇ ਹੁੰਦੇ ਸੀ ਉਹ ਰੂੜੀ ਦਾ ਰੇਹ ਪਾ ਕੇ ਅਗਾਉਂਦੇ ਹੁੰਦੇ ਸੀ ਫਸਲ ਇਹ ਆਏ ਇਹਨਾਂ ਨੇ ਧੱਕੇ ਨਾਲ ਜਿਵੇਂ ਆਪਣੇ ਹੁਣ ਆਰਓ ਦਾ ਪਾਣੀ ਥੋਪ ਤਾਂ ਨਾ ਲਿਆ ਕੇ ਵੀ ਤੁਸੀਂ ਇਹ ਪੀਓ ਧੱਕੇ ਨਾਲ 20 ਰੁਪਏ ਲੀਟਰ ਨੂੰ ਪਾਣੀ ਪੀ ਜਾਂਦੇ ਆਪਾਂ ਬੋਤਲ ਵਾਲਾ ਹਾਂ ਹਾਂ ਧੱਕੇ ਨਾਲ ਹੀ ਥੋਪਿਆ ਪਿਆ ਨਾ ਉਹ ਐਂ ਇਹਨਾਂ ਨੇ ਥੋਪਿਆ ਇਹ ਕਹਿੰਦੇ ਯਾਰ ਰੂੜੀ ਦਾ ਰੇਹ ਨਾ ਪਾਓ ਤੁਸੀਂ ਆਹ ਸੱਟ ਕੇ ਦੇਖੋ ਯੂਰੀਆ ਤੀਜੇ ਦਿਨ ਤੁਹਾਡੀ ਕਣਕ ਕਾਲੀ ਹੋ ਜੂਗੀ ਵੱਡੀ ਹੋ ਜੂਗੀ ਇਹਨਾਂ ਨੇ ਧੱਕੇ ਨਾਲ ਸਾਡੇ ਇਹ ਥੋਪਿਆਗਾ ਤੇ ਹੁਣ ਸਾਡੇ ਨਾਲ ਇੰਨੀ ਭੈੜੀ ਹੋ ਰਹੀ ਆ ਨਾਲੇ ਤਾਂ ਅਸੀਂ ਆਪਦੇ ਪਾਣੀ ਖਤਮ ਕਰ ਲਏ ਜਮਾਂ ਤੁਹਾਨੂੰ ਪਤਾ ਹੀ ਹੁਣ ਕਿੰਨੇ ਡੂੰਘੇ ਬਾਗੇ ਪਾਣੀ ਅਸੀਂ ਖਤਮ ਕਰ ਲਏ ਸਿਹਤ ਆਪਦੀ ਖਰਾਬ ਕਰ ਲਈ ਸਾਡੇ ਪੱਲੇ ਰਹਿ ਕੀ ਗਿਆਗਾ ਇਹ ਆਏ ਵਾਰ ਜਿਹੜੇ ਧਨਾੜ ਲੋਕ ਅਮੀਰ ਲੋਕ ਆ ਧੱਕਾ ਕਰਦੇ ਆ ਰਹੇ ਆ ਅਵਾਨੀ ਅਡਾਨੀਆਂ ਨੂੰ ਬਖਸ਼ਣਾ ਨਹੀਂ ਗਾ ਸਾਰੇ ਪੰਜਾਬ ਇਕੱਠਾ ਹੋ ਜਾਓ ਇੱਕ ਗੱਲ ਹੋਰ ਆ ਬਈ ਅੱਜ ਤੱਕ ਪੰਜਾਬੀਆਂ ਦਾ ਇਤਿਹਾਸ ਰਿਹਾ ਹੈਗਾ ਜਿਹੜੀ ਵੀ ਲੜਾਈ ਇਹਨਾਂ ਨੇ ਲੜੀ ਆ ਇਹ ਕਿਤੇ ਡਰੇ ਨਹੀਂ ਨਾ ਹੀ ਹਰੇ ਆ ਤੇ ਐਤਕੀ ਵੀ ਆਪਣਾ ਹੁਣ ਇਤਿਹਾਸ ਦੁਹਰਾਉਣ ਦਾ ਮੌਕਾ ਆ ਗਿਆ ਦੁਬਾਰਾ ਨਾਲੇ ਹੁਣ ਦੇਖੋ ਕਿ ਪੂਰਾ ਦੇਸ਼ 'ਚੋਂ ਪ੍ਰੋਟੈਸਟ ਨਹੀਂ ਹੋ ਰਿਹਾ ਜਿੰਨਾ ਇਕੱਲਾ ਪੰਜਾਬ 'ਚੋਂ ਹੋ ਰਿਹਾ ਹੈ ਇਹ ਇਹ ਜਿਹੜੀ ਗੱਲ ਹੈ ਕਿਉਂਕਿ ਕੇਂਦਰ ਸਰਕਾਰ ਦੇ ਖਿਲਾਫ ਜੇ ਕਿਤੇ ਡਟਦਾ ਤਾਂ ਕਹਿੰਦੇ ਪੰਜਾਬੀ ਡਟਦਾ ਹਾਂ ਹੁਣ ਵਿੱਚ ਕਹਿਣਗੇ ਤੁਸੀਂ ਤਾਂ ਉਹੀ ਬੋਲਿਆ ਨਾ ਤੁਹਾਡਾ ਤਾਂ ਕੋਈ ਅਸਰ ਨਹੀਂ ਪੰਜਾਬੀ ਜਗਲੇ ਨੇ ਟਵੀਟ ਕੀਤਾ ਅੱਜ ਕਿਸਾਨਾਂ ਤੇ ਬੋਲ ਕੇ ਗਿਆ ਮੋਦੀ ਤੁਸੀਂ ਦੇਖੋ ਲੈ ਬੋਲਿਆ ਪਹਿਲਾਂ 4-5 ਦਿਨ ਬੋਲਿਆ ਨਹੀਂ ਜਦੋਂ ਲਾ ਕੇ ਪੰਜਾਬ ਦੇ ਵੱਡੇ ਇਕੱਠ ਹੋਣ ਲੱਗ ਨਾਲੇ ਤਾਂ ਟਵੀਟ ਕੀਤਾ ਪੰਜਾਬੀ 'ਚ ਨਾਲੇ ਬੋਲਿਆ ਹੁਣ ਡਰਦਾ ਉਹ ਤਾਂ ਉਹ ਜਿਹੜਾ ਇੰਟਰਨੈਸ਼ਨਲ ਮੀਡੀਆ ਆਪਣਾ ਜਾਂ ਨੈਸ਼ਨਲ ਉਹਦੇ ਤਾਂ ਮੋਦੀ ਵਰਗੇ ਨਹੀਂ ਖਬਰ ਚੱਲਣ ਦਿੰਦੇ ਅਸਰ ਉਹਨਾਂ ਤੇ ਹੋ ਗਿਆ ਸੀਆਰਡੀ ਬਾਕੀ ਵੀ ਹਿੱਲ ਗਿਆ ਪੰਜਾਬ ਵੀ ਹੁਣ ਇਹਨਾਂ ਨੇ ਬਖਸ਼ਣਾ ਨਹੀਂ ਗਾ ਅੱਜ ਪੋਲਾ ਹੋ ਕੇ ਲੈ ਆਇਆ ਮੋਦੀ ਇਹ ਪੰਜਾਬੀਆਂ ਤਾਕਤ ਆ ਅਪਡੇਟ ਤੁਸੀਂ ਪਹਿਲਾਂ ਵੀ ਦੱਸ ਕੇ ਹਟੇ ਆ ਅਸ਼ਵਨੀ ਕੁਮਾਰ ਨੇ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਉਹ ਕਹਿੰਦੇ ਅਸੀਂ ਕਮੇਟੀ ਬਣਾਉਂਦੇ ਆ ਵੀ ਕਿਸਾਨ ਸਾਡੇ ਨਾਲ ਆ ਕੇ ਗੱਲ ਕਰਨ ਅਸੀਂ ਉਹਨਾਂ ਦਾ ਮੁੱਦਾ ਸੋਲਵ ਕਰਨ ਦੀ ਗੱਲ ਕਰਦੇ ਆ ਚਾਹੇ ਮਤਲਬ ਸ਼ੁਰੂਆਤ ਤਾਂ ਉਧਰੋਂ ਵੀ ਹੋਣ ਲੱਗੀ ਆ ਹੁਣ ਉਹ ਤਾਂ ਬਾਈ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੇ ਉੱਠ ਖੜੇ ਰੁਕਣੇ ਨਹੀਂ ਹੁਣ ਸਭ ਤੁਹਾਡੇ ਨਾਲ ਮੀਟਿੰਗਾਂ ਕਰਨਗੇ ਸਭ ਕੁਛ ਹੋਊਗਾ ਦਿੱਲੀ ਹਾਲਾਤ ਹੀ ਪੰਜਾਬੀਆਂ ਨੇ ਹਜੇ ਤਾਂ ਕੁਛ ਹੋਏ ਨਹੀਂ ਹਜੇ ਤਾਂ 5-7 ਦਿਨ ਹੀ ਹੋਇਆ ਆਉਣ ਵਾਲੇ ਟਾਈਮ 'ਚ ਜਦੋਂ ਰੇਲਾਂ ਰੋਕ ਲਈਆਂ ਆਪਾਂ ਠੀਕ ਆ ਇਹਨਾਂ ਦੇ ਟੂਲ ਪਲਾਜੇ ਹੁਣ ਇੱਥੇ ਅੱਜ ਯੂਨੀਅਨ ਨਾਲ ਮੀਟਿੰਗ ਹੋਈ ਹੈ ਕਲਾਕਾਰਾਂ ਦੀ ਝੰਡਾ ਸਿੰਘ ਕਹਿ ਗਏ ਜੁੱਠ ਕੇ ਕਹਿੰਦੇ ਅਸੀਂ ਵੀ ਬਠਿੰਡੇ ਵਾਲੇ ਧਨੌਲੇ ਤੱਕ ਅਸੀਂ ਟੂਲ ਪਲਾਜੇ ਬੰਦ ਕਰਨੇ ਆ ਟੂਲ ਪਲਾਜੇ ਬੰਦ ਹੋ ਗਏ ਟੂਲ ਪਲਾਜਾ ਦਾ 1 ਮਿੰਟ ਬੰਦ ਰਹਿ ਜਾਵੇ ਜਾਂ ਤੇ ਘੰਟਾ ਬੰਦ ਰਹਿ ਗਿਆ ਫਿਰ ਤਾਂ ਸਿੱਧੀ ਸੈਂਟਰ ਤੱਕ ਜਾਣੇਗਾ ਕਰੋੜਾਂ ਰੁਪਈਆਂ ਦਾ ਇਹਨਾਂ ਨੂੰ ਜਦੋਂ ਘਾਟਾ ਪੈਣਾ ਅਸਲ ਬਾਈ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਜਿਹੜੇ ਬਿਜ਼ਨਸ ਮੈਨ ਆ ਉਹ ਚੀਕ ਹੀ ਯਾਰ ਉਦੋਂ ਮਾਰਦੇ ਜਦੋਂ ਉਹਨੂੰ ਘਾਟਾ ਪੈਂਦਾ ਅੱਛਾ ਕਮੈਂਟਾਂ 'ਚ
नहीं 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 लोग कह रहे कट ही वाद कलाकार हो गया थोड़ा जा लख बी मूहरी आ कोई चक्कर नहीं सारी मूहरे है यार पंजाब की लड़ाई च क्यों यार ऐ कही पिछे मूहरे कट्ठे हो जाओ बाकी बई जे थो लगता लखे बी दूँ इंटरव्यू दस बई कि हो गई सारा कुछ मूहरे आजगा भी की मीटिंग चो निकला की ना वो बई बने हूँ तुम ये गल ना कहो यार भी वह पिछे मूहरे हूँ तो लड़ाई नहीं हूँ तो हो लड़ाई आ हूँ तो मैं अकाली कांग्रेस भरावान जोड़े साडे भरा उन्होंने जुड़े पे उन्होंने भी बेनती करता लीडर को कहो ना यार भी सानू किसानी का हल कट के दो जे ये ना निकलिया साढ़ा तो वजूद ही नहीं रहना बई असी बैठे गए बई एक गल सुन ला मेन असी बैठे जमीन करना जे साढ़े को जमीन ना हुई असं भाजा बाहर जाओ करना सा बोली सारा कुछ ही खत्म है यार असी बैठी जमीन करना इतने अच्छा आप वाले वो भी प्रोटेस्ट कर रहे हैं वो भी कट कर रहे हैं कांग्रेस वाले तुम देखे होना वरिंदर ढिल्लों गया दिल्ली इंडिया गेट से जाके ट्रैक्टर फूकया पहला शंभू भी फूकता हूँ एक तरीक न अकाली भी ट्रैक्टर यात्रा बड़ी क्ढन लगे ने कट तो वह भी करी जाते हैं फिर वो अड करी जाते हैं तुम अड करी जाने कर लैन दे कट जागरूकता आ रही है जिदे मान लो इन्नी जागरूकता वह भी अकाली का यही यही जागरूकता कांग्रेस ले रही है यही आम आदमी जागरूकता आ गई लोगों जिदे फिर आवाज देती फिर दिल्ली में सारे तुर पैणगे कोई गल नहीं भज लैन दे उन्होंने भी भरावान अपने पता लग जू भी ये लीडर ने सू कुछ नहीं दिता भी इन्हों तो बख हो के असी दिल्ली में घेर के गल दिल्ली जाके बननी गल दिल्ली जाके ही बनू चीक इतों भी मरवा सकते हैं अपनी यार स्टेट कड़ा नंग आ आप वधिया राजे हैं रोटी खाते हैं चंगे पंजाबी इतों ही चीक मरवा सकते हैं रेलों का रेलों का इन्हों घाटा पैना नहीं रेलों का जूनियर सेंटर जूनियर ने ऐलान किया रेलों रोकेंगे टूल प्लाजे कहा इन्होंने आपदियों जूनियर ने अड्डो अड्डी लाने हाँ नैशनल हाईवे टूल प्लाजे रिलायंस पंप हो गए सिम हो गए तो चीक मारू मारू बनी किधर भजूगा ठीक है जेड़े हाले भी सोचते हैं कि यह सिर्फ किसानों की लड़ाई है जट्टां की लड़ाई है बाकी वर्गों को कोई फर्क नहीं पैना है उन्होंने की कहना चाहते भुल जाओ सारिया अपील कर दें जो हूँ तुम 20 रुपये 25 रुपये आटा लें ना सोनू अगले आपके हिसाब न महंगाई बढ़ा लिया करे आटा जमा करके एक एक सूबे कर लिया कर दूजे दे दया कर आपके हिसाब न महंगाई बढ़ाने घटा कद चीनी रोक लेंगे कद कोई रोक लेंगे उमें सिस्टम होना गा इन्हों बेनती है हथ जोड़ के भी यह सारे की लड़ाई मजदूर की सारे लालिया की आड़ती सारे की अपनी कट्ठी लड़ाई हैगी अपने पहाड़ डिग पिया कट्ठे हो जाओ पै जाओ इन्हें टुट के बहुत धन्यवाद जगदीप गलबात करने के लिए समा देने लिए जगदीप रंधावा तुम्हें सुनया है कि किस ढंग के नाल लगातार उन्होंने वालों जी गलबात की गई है पिछले दिनों तो कलाकार वालों किसान यूनियन वालों पोलीटल पार्टिया के वालों लगातार प्रोटेस्ट जोड़े ने वो किए जा रहे हैं पंजाब इकट्ठ जोड़ा है वो व्डे हुए हैं तो हूँ नवी रूपरेखा जी है वो ऐलानी जा रही है।